हां जी अस्सलाम वालेकुम की हाल है बा चाचा देया और राजी खुश रखड़े हो उम्मीद करता हूं कि सारे ठीक होन दे कि अल्लाह पाक किसी बंदे ने किसी चीज दी थोड़ ना ले आवे ते हर बंदे दी जायज ख्वाहिश पूरी होवे ते आ गया ਤੁਹਾਡੇ واسطے નવી ویڈیو لے کے تے ویڈیو شروع کرنے تو پہلو جیڑے بندے چینل تے نویں نے او چینل نو سبسکرائب کر لو تے ویڈیو لائک تے شیئر وی کر لویا ਤੇ ਜਿਹੜਾ ਅਸੀਂ ਨੈਪਰਾ ਕ੍ਰਾਸ ਕਾਸ਼ਤ ਕੀਤਾ ਇਹਨਾਂ ਜਵਾਰ ਦੇ ਕਿਸਮ ਉਹਨ तकरीबन ਹੁਣ 1 ਮਹੀਨਾ ਤੇ 19 ਦਿਹਾੜੇ ਹੋ ਗਏ ਨੇ ਤੇ ਮੈਂ ਤੁਹਾਨੂੰ ਦੱਸਣਾ ਬਹੁਰੇ ਕੀ ਯਾਨੀ ਠੀਕ ਜਾ ਰਿਹਾ ਹੈ ਕਿ ਨਹੀਂ ਅਲਹਮਦੁਲਿਲਾ ਸਾਡੇ ਹਿਸਾਬ ਨਾਲ ਬਿਲਕੁਲ ਠੀਕ ਜਾ ਰਿਹਾ ਹੈ ਕਈ ਬੰਦੇ ਆਹ ਦਿਨ ਬਾਈ ਇਹ तकरीबन 2 ਮਹੀਨੇ ਵਿੱਚ ਤਿਆਰ ਹੋ ਜੇਦਾ ਲੇਕਿ ਬਿਲਕੁਲ ਝੂਠ ਹੈ ਬਾਈ 2 ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ ਕਈ ਆ ਦਿਨ 2 ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ ਕਈ ਆ ਦਿਨ 80 ਦਿਹਾੜੇ ਵਿੱਚ ਤਿਆਰ ਹੋ ਜਾਂਦਾ ਹੈ ਲੈਕਿਨ ਇਹ ਨਾ 2 ਮਹੀਨੇ ਵਿੱਚ ਤਿਆਰ ਹੁੰਦਾ ਨਾ ਅਸੀਆ ਡੰਗਾ ਤਿਆਰ ਹੁੰਦਾ ਇਹ ਅਸੀਂ ਤੁਹਾਨੂੰ ਦੱਸਾਂ ਦੇ ਕਿੰਨੇ ਚਿਰੇ ਵਿੱਚ ਤਿਆਰ ਹੁੰਦਾ ਇਹ ਨਾ ਅਸੀਂ ਜਦਨ ਦਾ ਲਾਇਆ ਨਾ 1 ਮਹੀਨਾ ਤੇ 19 ਦਿਹਾੜੇ ਹੋ ਗਏ ਨੇ ਇਨ੍ਹਾਂ ਵਿੱਚ ਅਸੀਂ ਇਹਨੇ 4 ਪਾਣੀ ਦੇ ਚੁਕੇ ਆ ਤੇ 2 ਵਾਰੀ ਖਾਦ ਸੜ ਚੁਕੇ ਆ ਤੇ ਕਲਰ ਇਹਦੇ ਵਿੱਚ ਰਾਜ ਗਈ ਤੇ ਮਾਸ਼ਾਅੱਲਾ ਅਸੀਂ ਇਹ ਸਮਝਨੇ ਆ ਭਜੜਾ ਹੈ ਅਮਲ ਕਰ ਰਿਹਾ ਹੈ ਨਾ ਇਸ ਤੋਂ ਜ਼ਿਆਦਾ ਅਮਲ ਹੋਰ ਨਹੀਂ ਕਰ ਸਕਦਾ ਤੇ ਇਹਦੇ ਵਿੱਚ ਘਾਹ ਆਈ ਅਸੀਂ ਉਹਦੇ ਤੇ ਸਪਰੇ ਨਹੀਂ ਕੀਤਾ ਉਹ ਥੋੜਾ ਵੱਡਾ ਹੋ ਗਿਆ ਤੇ ਉਹ ਵੱਢ ਲਿਆ ਇੱਥੋਂ ਸਹੀ ਸਫਾਈ ਹੋ ਗਈ ਹੈ। مزید ਮੈਂ ਤੁਹਾਨੂੰ ਦੱਸਣਾ ਬਾਏ ਇਹ ਇੱਕੀ ਕੀ ਸੂਲੂ ਨਾਲ ਕਿਤਨੇ-ਕਿਤਨੇ ਸੂਲੂ ਨਵੇਂ ਨਿਕਲੇ ਨੇ। ਆ ਇਹ ਪਹਿਲੀ ਵਾਰ ਹੈ ਜਿਸ ਟਾਈਮ ਵੱਡਾ ਦੇ ਤੇ ਫਿਰ ਕਿਤਨੇ ਨਿਕਲਣਦੇ। ਤੇ ਜਿਹੜੀ-ਜਿਹੜੀ ਗਲਤੀ ਅਸਾਂ ਕੀਤੀ ਹੈ ਉਹ ਤੁਸਾਂ ਨਹੀਂ ਕਰਨੀ ਉਹ ਤੁਸਾਂ ਵੇਖਣਾ ਵੀਡੀਓ ਸਕਿਪ ਨਹੀਂ ਕਰਨਾ ਤੋੜ-ਟੋੜੀ ਪੂਰੀ ਵੇਖਣੀ ਹੈ। ਤੇ ਆ ਜੋ ਵੇਖਨੇ ਆ ਬਾਏ ਦਾ ਤੁਸੀਂ ਵਿਊ ਵੇਖੋ ਤੇ ਫਿਰ ਮੈਂ ਤੁਹਾਨੂੰ ਦੀਆਂ ਮੁੱਢਾਂ ਵਿੱਚ ਵੀ ਤਕਾਂ ਦਾ ਬਾਏ ਕਿਤਨੇ-ਕਿਤਨੇ ਸੂਲੂ ਨਿਕਲੇ ਨੇ ਤੇ ਕਿਸ ਤਰੀਕੇ ਨਾਲ ਅਸੀਂ ਗਲਤੀ ਕੀਤੀ ਹੈ। ਪਰ ਠੀਕ ਹੀ ਹੋ ਗਿਆ ਲੇਕਿਨ ਅੱਗੋ ਜਿਹੜਾ ਬੰਦਾ ਕਾਸਟ ਕਰੇਦਾ ਉਹ ਇਹ ਵੀ ਗਲਤੀ ਨਾ ਕਰੇ ਤਾਂ ਹੋਰ ਮਜ਼ੀਦ ਠੀਕ ਹੋਏਗਾ ਤੇ ਵੇਖਿਆ ਅਵੇਖੋ ਨਾ ਮਾਸ਼ਾਅੱਲਾ ਇਹ ਕਿਦਾ ਇਹ ਨਾ ਇਸ ਇਸ ਚਾਰੇ ਦਾ ਇਹ ਕਿ ਸਾਵਾ ਰੰਦਾ ਬੜਾ ਸਿਆਲ ਹੋਵੇ ਉਹ ਨਾਲ ਹੋਵੇ ਇਹਦਾ ਉਹ ਕੋਈ ਮਸਲਾ ਬੈ ਇਸ ਕੋ ਕੱਕੀਆਂ ਪੈ ਜਾਣ ਆਂ ਵਾਦਾ ਘਾਟਾ ਆ ਵੇਖਿਆ ਅਵੇ ਕੋਨਾ ਫੇਰ ਖਾਦ ਅਸੀਂ ਸਾਲਟ ਰਿਆਂ ਤਕਰੀਬਨ ਦੂਸਰੀ ਵਾਰੀ ਧੋਣੇ ਨੇ ਪਾਣੀ ਲਾਣਾ ਤੇ ਐ ਵੇਖ ਸਕਦੇ ਹੋ ਤੁਸੀਂ ਮਾਸ਼ਾਅੱਲਾ ਜੀ ਬਹੁਤ ਅੱਛਾ ਅਮਲ ਕਰ ਰਿਹਾ ਹੈ ਸਾਨੇ ਜੁਮੀਦ ਕੋਨ ਹੈ ਤੇ ਪਰ ਠੀਕ ਹੈ ਸਨ 20 ਬਹੁਤ ਅੱਛਾ ਲੱਭਾਈ ਹਾਂ ਜੀ ਤੇ ਮੈਂ ਆਖਿਆ ਮੈਂ ਤੁਹਾਨੂੰ ਮੁੱਢਾਂ ਨਾਲ ਦੱਸਣਾ ਬਸ ਕਿਤਨੇ ਕਿਤਨੇ ਸੂਰੂ ਕੱਢੇ ਨੇ ਤੇ ਕਿਸ ਹਿਸਾਬ ਨਾਲ ਲਾਣਾ ਚਾਹੀਦਾ ਤੇ ਐ ਤੁਸੀਂ ਵੇਖ ਸਕਦੇ ਹੋ ਇਹ ਜਿਹੜੀ ਟੋਟੀ ਹੈ ਨਾ ਜਿਹੜੀ ਇਹ ਸਿੱਧੀ ਅਸੀਂ ਤਕਰੀਬਨ ਥੋੜੀ ਐ ਕੋ ਚਾਹ ਕੇ ਲਾਈਏ ਇਸ ਤਰੀਕੇ ਨਾਲ ਨਹੀਂ ਲਾਣੀ ਜਿਤਨੀ ਤੁਸੀਂ ਥੱਲੇ ਬਾ ਕੇ ਲਾਓ ਉਹਦੇ ਨਾਲ ਉਤਨੀ ਜੜੀ ਦੀ ਜ਼ਮੀਨ ਵਿੱਚ ਵੜੇ ਦੀ ਆ ਵੇਖੇ ਦਾ ਮੂੰਹ ਅੱਗੋ ਚੀਤੇ ਆ ਨਾ ਜੇ ਇਹਦਾ ਮੂੰਹ ਹੁੰਦਾ ਨਾ ਥੱਲੇ ਤੇ ਇਹ ਸਾਰੀਆਂ ਅੱਖਾਂ ਨੇ ਜਿਹੜੀਆਂ 1 2 3 4 5 ਇਹਨਾਂ ਦੀ ਜੜ ਜ਼ਮੀਨ ਦੇ ਵਿੱਚ ਹੁਣੀ ਆਈ ਹੁਣ ਇਹਨਾਂ ਦੀ ਜੜ ਥੱਲੇ ਜ਼ਮੀਨ ਵਿੱਚ ਜਾਏ ਦੀ ਲੇਕਿਨ ਥੋੜਾ ਟਾਈਮ ਲੱਗੇ ਦਾ ਜੇ ਅਸੀਂ ਥੋੜੀ ਬਾ ਕੇ ਲਾਈ ਹੁੰਦੀ ਨਾ ਫੇਰੀ ਦੀ ਡਾਇਰੈਕਟ ਜ਼ਮੀਨ ਵਿੱਚ ਜਾਣੀ ਆਈ ਤੇ ਇਸ ਤਕਰੀਬਨ ਹੋਰ ਸਲੂ ਕੱਢਨੇ ਆ ਤੁਸੀਂ ਇਹਨਾਂ ਵੇਖ ਸਕਦੇ ਹੋ ਤੇ ਆਹ ਵੇਖੋ ਨਾ ਇਹ ਜਿਹੜੀ ਇੱਕ ਇੱਕ ਟੋਟੀ ਲਾਈ ਆਈ ਨਾ ਇਹਦੀ ਜਿਹੜੀ ਜ਼ਮੀਨ ਦੇ ਵਿੱਚ ਆਖਾਈ ਨਾ ਉਸ ਵੇਖੋ ਕਿਤਨੇ ਸਲੂ ਕੱਢੇ ਨੇ 3 4 5 6 7 8 9 10 11 12 13 14 ਤੇ ਜਿਹੜੀ ਅੱਗੋ ਚਾਈ ਆਈ ਨਾ ਉਸ ਮੇਰੇ 1 2 3 ਤੇ 4 ਸਲੂ ਕੱਢੇ ਨੇ ਤੇ ਇਹ ਗਲਤੀ ਨਹੀਂ ਕਰਨੀ ਜਿਸ ਤਰੀਕੇ ਨਾਲ ਤੁਸਾ ਲਾਣਾ ਹੈ ਨਾ ਉਹ ਤੁਸਾ ਬਿਲਕੁਲ ਜ਼ਮੀਨ ਤੇ ਸੱਟ ਕੇ ਲਾਣਾ ਹੈ ਨਿਰਾ ਹਵਾ ਬਾਰ ਹੋਵੇ ਬਜਿਹੜਾ ਜ਼ਮੀਨ ਤਵਾ ਬਾਰ ਉਤਾ ਹੋਵੇ ਪਿਛਲੀ ਟੋਟੀ ਜ਼ਮੀਨ ਚ ਹੋਵੇ ਤੇ ਅਗਲੇ ਪਾਸੇ ਹਵਾ ਬਾਰ ਜ਼ਮੀਨ ਤ ਉੱਚੀ ਹੋਵੇ ਇਸ ਤੋਂ ਉੱਚੀ ਨਹੀਂ ਲਾਣੀ ਕਿਉਂਕਿ ਫਿਰ ਜਿਹੜੀ ਇਹ ਉਤਲੀ ਟੋਟੀ ਹੋਵੇ ਦੀ ਨਾ ਇਹਦਾ ਜ਼ਮੀਨ ਨਾਲ ਕਨੈਕਟ ਖਤਮ ਹੋ ਜਾਏਗਾ ਫਿਰ ਇਹ ਜ਼ਮੀਨ ਥੱਲੇ ਜਾਣ ਲੱਗਿਆ ਟਾਈਮ ਲੱਗੇਗਾ ਆ ਹੋਰ ਕੋਈ ਵੇਦਿਆਂ ਬਾਹਰ ਕਿਹੜਾ ਬੂਟਾ ਜਿਹੜਾ ਠੀਕ ਹੈ ਯਾਨੀ ਠੀਕ ਤੇ ਆ ਇੱਕ ਹੋਰ ਵੇਖੋ ਬੂਟਾ ਇਹਦਾ ਵੇਖੋ ਨਾ ਜ਼ਮੀਨ ਦਾ ਤਲਕ ਕੋਈ ਨਹੀਂ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਤਕਾਨਾ ਇਹ ਵੇਖੋ ਨਾ ਕਿੱਡਾ ਮਾਸ਼ਾਅੱਲਾ ਵਧੀਆ ਬੋਛ ਬਣਿਆ ਹੈ ਲੇਕਿਨ ਇਹ ਜ਼ਮੀਨ ਤੋਂ ਉੱਚਾ ਰਹਿ ਗਿਆ ਇਹ ਉਹ ਹੀ ਗਲਤੀ ਹੈ ਜਿਹੜੀ ਮੈਂ ਤੁਹਾਨੂੰ ਦੱਸਣੇ ਵਾਸਤੇ ਵੀਡੀਓ ਬਣਾਈ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ ਵੇਖ ਸਕਦੇ ਹੋ ਇਹਦੀ ਜੜ ਹੁਣ ਜ਼ਮੀਨ ਨਾਲ ਜਾ ਕੇ ਟੱਚ ਪਈ ਹੁੰਦੀ ਹੈ ਜੇ ਥੱਲੇ ਸੱਟ ਕੇ ਲਾਈ ਹੁੰਦੀ ਤੇ ਫਿਰ ਹੁਣ ਨੂੰ ਇਸ ਬੋਝ ਹੋਰ ਵਾਲ ਮਾਰਨਾ ਆਈ ਤੁਸੀਂ ਇਸ ਟੋਟੀ ਨਾ ਥੱਲੇ ਬਾਹ ਕੇ ਲਾਣਾ ਉੱਚਾ ਨਹੀਂ ਰੱਖਣਾ ਪਹਿਲੀ ਤੇ ਇਹ ਗਲਤੀ ਨਹੀਂ ਕਰਨੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਬਾ ਕਿਤਨਾ ਫਾਸਲਾ ਰੱਖਣਾ ਹੈ ਅਸੀਂ ਸਗਣਾ ਲਾ ਬੈਠੇ ਆਂ ਡਰਦੇ ਆਂ ਕਿਉਂਕਿ ਪਹਿਲਾ ਬੰਦਾ ਹੁੰਦਾ ਪਹਿਲੀ ਵਾਰੀ ਡਰ ਹੀ ਹੁੰਦਾ ਬਾਏ ਪਤਾ ਨਹੀਂ ਪਤਲਾ ਨਾ ਰਹਿ ਜਾਏ ਤੇ ਬਾਕੀ ਗੱਲ ਰਹਿ ਗਈ ਵਕਫੇ ਵਾਲੀ ਬਾ ਕਿਤਨਾ ਵਕਫਾ ਤੁਸੀਂ ਇੱਕ ਹੀ ਬੂਟੇ ਦੇ ਦਰਮਿਆਨ ਰੱਖਣਾ ਉਹ ਮੈਂ ਤੁਹਾਨੂੰ ਪੂਰਾ ਮੇਜ ਕਿ ਦੱਸਾਂ ਦਾ ਗਿੱਠਾ ਨਾਲ ਕਈ ਆ ਦਿਨ ਫੋਟ ਰਖਣਾ ਹੈ ਕਈ ਆ ਦਿਨ ਦੋ ਫੋਟ ਰਖਣਾ ਹੈ ਲੇਕਿਨ ਆ ਤੁਸੀਂ ਲਾਈਵ ਵੇਖ ਲੈਣਾ ਵੀਊ ਇੱਥੋਂ ਥੋੜਾ ਜਿਹਾ ਪਤਲਾ ਹੈ ਤੇ ਤਾਂ ਮੈਂ ਨਾ ਇੱਥੇ ਤੁਹਾਨੂੰ ਦੱਸਣਾ ਬਾਕੀ ਕਿਤਨੇ ਤੁਸੀਂ ਸਾਬ ਨਾਲੇ ਟੋਟੀ ਲੈਣੀ ਹੈ ਤੇ ਕਿਤਨੇ ਵਕਫੇ ਤੇ ਲੈਣੀ ਹੈ ਇਹ ਐ ਵੇਖ ਲਓ ਨਾ ਇਹ ਟੋਟੀ ਦੀ ਤੁਸੀਂ ਵੇਖ ਲਵੇ ਇੱਕ ਤੇ ਦੋ ਇਹ ਅਸੀਂ ਦੋ ਗਿੱਠਾਂ ਤੇ ਲਾਈ ਹੈ ਤੇ ਦੋ ਗਿੱਠਾਂ ਤੇ ਨਹੀਂ ਠੀਕ ਤੁਸੀਂ ਕਮਜ਼ ਕਮ ਤ੍ਰੈ ਜਾਂ ਸਾਢੇ ਤ੍ਰੈ ਗੇਟਸ ਦੇ ਉੱਤੇ ਵਕਫੇ ਤੇ ਟੋਟੀ ਲਾਣੀ ਹੈ। ਯਾਨੀ ਤ੍ਰੈ ਗਿੱਠਾਂ ਇੱਕ ਨਾਰਮਲ ਮਰਦ ਦੀਆਂ ਜਿਹੜੀਆਂ ਗਿੱਠਾਂ ਹੁੰਦੀਆਂ ਨੇ। ਤ੍ਰੈ ਜਾਂ ਸਾਢੇ ਤ੍ਰੈ ਗੇਟ ਤੇ ਤੁਸੀਂ ਇੱਕ ਟੋਟੀ ਲਾਣੀ ਹੈ ਤੇ ਫਿਰ ਵੀ ਇਨਸ਼ਾਅੱਲਾ ਇਹ ਬੜਾ ਸਗਣਾ ਹੋ ਜਾਏਗਾ। ਆ ਵੇਖ ਸਕਦੇ ਤੁਸੀਂ ਮਾਸ਼ੱਲਾ। ਇਹਦਾ ਵਿਊ ਕਿੰਨਾ ਖੂਬਸੂਰਤ ਹੈ ਤੇ ਇੱਕ ਇਹਦਾ ਕੋਈ ਨਹੀਂ ਮਸਲਾ ਬਾਈ ਸਿਆਲੇ ਵੇਜ ਜਾਂ ਨਾਲੇ ਚੁੰਫਸਲ ਕੱਢੋ। ਬਾਜਰੇ ਕੱਢੋ ਤੇ ਜਨਾਬ ਰਜਕੇ ਗੱਢੋ ਰਜਕੇ ਛੱਡੋ ਤੇ ਬਾਜਰੇ ਨਾ ਇਹ ਤੁਸੀਂ ਇੱਕ ਵਾਰੀ ਕਾਸ਼ਤ ਕੀਤਾ ਜੇ ਤੁਹਾਨੂੰ ਅੱਛਾ ਵੀ ਲੱਗ ਗਿਆ ਤੇ ਤੁਹਾਨੂੰ 10 12 ਸਾਲ ਤੱਕ ਇੰਗੇ ਨਹੀਂ ਉਹ ਜੇ ਬੰਦੇ ਤੇ ਜ਼ਿਆਦਾ ਆਦਨ ਮੈਂ ਇੱਕ ਨਾਰਮਲ ਗੱਲ ਪਿਆ ਕਰਨਾ ਨਿਰੀ ਦੀ ਪਾਣੀ ਦੀ ਤੇ ਜਾਂ ਜੇ ਉੱਤੇ ਤੁਸੀਂ ਕਲਰ ਜਾਂ ਖਾਦ ਸੱਟਣਾ ਹੈ ਉਹ ਤੁਹਾਡੀ ਆਪਣੀ ਤਾਕਤ ਮੇਅਸਰ ਕਰਦਾ ਜੇ ਤੁਸੀਂ ਕਲਰ ਸਾੜ ਸਕਦੇ ਹੋ ਉਹ ਵੀ ਠੀਕ ਹੈ ਜੇ ਤੁਸੀਂ ਖਾਦ ਸਾੜ ਸਕਦੇ ਹੋ ਉਹ ਵੀ ਠੀਕ ਹੈ ਜੇ ਪਾਣੀ ਟਾਈਮ ਤੇ ਦੇਂਦਿਆਂ ਰਹਿਣਾ ਤੇ ਕੋਈ ਕੋਈ ਰੋਲਾ ਨਹੀਂ ਸਿਆਲੇ ਵਿੱਚ ਕੋ ਥੋੜਾ ਜਿਹਾ ਮੱਠਾ ਹੁੰਦਾ ਕੋ ਥੋੜਾ ਜਿਹਾ ਇੱਕ ਮਹੀਨਾ ਉਸ ਤੋਂ ਬਾਅਦ ਇਹ ਕੋਈ ਰੋਲਾ ਨਹੀਂ ਜਨਾਬ ਇਹ ਇੱਕ ਵੱਡੋ ਦੇ ਤੂੰ ਤੋ 10 ਨਿਕਲਣ ਦੇ 10 ਵੱਡੋ ਤੇ ਉਹਦੀ ਜਗ੍ਹਾ ਤੇ 10 ਗੇਣ ਲੋ ਕਿਤਨੇ ਜਬ ਬਣਦੇ ਨੇ ਫਿਰ ਜੇ ਤੁਸੀਂ ਇੱਕ ਫੋਟ ਤੇ ਲਾਉ ਦੇ ਤੇ ਇਹ ਜ਼ਿਆਦਾ ਸਗਣਾ ਹੋ ਜਾਏ ਦਾ ਫਿਰ ਇਹ ਬੂਟਾ ਜ਼ਿਆਦਾ ਨਹੀਂ ਮਾਰਨ ਲਗਾ ਤੁਸੀਂ ਇੱਕ ਤਬੀ ਮੁੱਲ ਲਬਦਾ ਹੈ ਇੱਕ ਤੁਸੀਂ 20 ਅੱਛਾ ਲੈਣਾ ਇੱਕ ਜਿਹੜਾ ਮੈਂ ਤਰੀਕਾ ਦੱਸਿਆ ਉਹ ਸਾਬ ਨਜ਼ੀਮੀ ਤੇ 60 ਕਿ ਲੈਣਾ ਤੇ ਦੂਜੀ ਗੱਲ ਹੈ ਬਾਈ 3.5 ਜਾਂ 4 ਅਬਲ 4 ਤੇ ਵੀ ਕਰ ਲੋ ਤੇ ਠੀਕ ਹੈ 3.5 ਜਾਂ 4 ਗੇਟ ਤੇ ਇੱਕ ਪੀਸ ਲਾਣਾ ਤੇ ਫਿਰ ਇਹਨ ਬੂਟਾ ਮਾਰਨੇ ਵਾਸਤੇ ਜਗ੍ਹਾ ਲੱਭੇ ਦੀ ਜੇ ਤੁਸੀਂ ਫੋਟ ਤੇ ਲਾਂਦੇ ਹੋ ਤੇ ਬੂਟਾ ਮਾਰਨੇ ਵਾਸਤੇ ਜਗ੍ਹਾ ਨਹੀਂ ਲੱਭਣ ਲਗੀ ਫਿਰ ਇਹ ਇਤਨਾ ਅਮਲ ਨਹੀਂ ਕਰਨ ਲਗਾ ਜਿੰਨਾ ਇਸ ਕਰਨਾ ਹੈ ਤੁਸੀਂ ਇੱਕ ਤੇ ਵੀ ਜ਼ਿਆਦਾ ਲਾਓ ਤੇ ਪੈਸਾ ਜ਼ਿਆਦਾ ਬਰਬਾਦ ਕਰੋ ਤੇ ਤੇ ਕੰਮ ਥੋੜਾ ਆਵੇਦਾ ਜੇ ਤੁਸੀਂ ਤਰੀਕੇ ਨਾਲ ਲਾਂਦੇ ਹੋ ਤੇ ਪੈਸੇ ਦੀ ਵੀ ਬਚਤ ਤੇ ਇੱਕ ਅਮਲ ਵੀ ਚੰਗਾ ਕਰੇਦਾ ਆ ਵੇਖ ਲਓ ਨਾ ਇੱਕ ਹੁਣ ਮੈਂ ਸੋਲੂ ਦਿੱਸੀ ਆ ਉਹਦੀ ਟੋਟੀ ਵੀ ਥੱਲੇ ਬਣੀ ਹੈ ਐ ਵੇਖ ਸਕਦੇ ਹੋ ਹੈ ਮਾਸ਼ਾਅੱਲਾ ਵੇਖਿਆ ਹੈ। ਇਹ ਬਾਕੀ ਜਨਾਬ ਅਸੀਂ ਵੀ ਨਾਨਕਿਆਂ ਕੋਲ ਆਂਦਾ ਹੀ ਤੇ ਉਹਨਾਂ ਉਸ ਟਾਈਮ ਨਾਲ ਕੁਲੇ ਹੀ ਵਾਰ ਲਿਆਈ ਕਿਉਂਕਿ ਉਸ ਟਾਈਮ ਉਹਨਾਂ ਨੂੰ ਪੱਠਿਆਂ ਦਾ ਥੋੜਾ ਮਸਲਾ ਆਈ ਤੇ ਇਸ ਵਜ੍ਹਾ ਤੋਂ ਉਹਨਾਂ ਕੁਲੇ ਹੀ ਵਾਰ ਲਿਆ। ਤੇ ਅਸੀਂ ਇਨਸ਼ਾਅੱਲਾ ਇਹ ਪੂਰਾ ਤਿਆਰ ਹੋਣ ਦਿਆਂਦੇ ਤੇ ਇਹਦੀ ਜਿਹੜੀ ਵੀ ਗੱਲ ਹੋਈ ਛੋਟੀ ਮੋਟੀ ਅਸੀਂ ਇਨਸ਼ਾਅੱਲਾ ਪ੍ਰੈਕਟੀਕਲ ਤੋਂ ਅੰਦਰ ਦੱਸ ਦੇ ਰਵਾਂਦੇ। ਅਸੀਂ ਤਾਂ ਕੋਈ ਸਪਰੇਅ ਨਹੀਂ ਕੀਤਾ ਕਿਉਂਕਿ ਸਪਰੇਅ ਦੀ ਸਪਰੇਅ ਵੀ ਠੀਕ ਹੁੰਦਾ ਲੇਕਿਨ ਸਪਰੇਅ ਪੱਤਰ ਉਤੋਂ ਉਤੋਂ ਛਾੜਦਾ ਮੁੱਢਾਂ ਵਿੱਚੋਂ ਜ਼ਿਆਦਾ ਨਹੀਂ ਛਾੜਦਾ। ਤੋ ਗਾਂਦ ਵਿੱਚ ਬਣੇ ਰਹਿੰਦਾ ਤੁਸੀਂ ਵੇਖ ਲੋ ਨਾ ਅਸੀਂ ਦਾਤਰੀ ਨਾ ਵੜਿਆ ਮਾਸ਼ਾਅੱਲਾ ਸਫਾਈ ਵੀ ਏ ਤੇ ਬਹੁਤ ਅੱਛਾ ਆਮਲ ਵੀ ਕਰ ਰਿਹਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੇ ਮਜ਼ੀਦ ਇਸ ਵੀਡੀਓ ਨੇ ਸ਼ੇਅਰ ਕਰ ਛੜਨਾ ਤੇ ਜਿਸ ਭਾਈ ਨੇ ਇਸ 20 ਦੀ ਲੋੜ ਹੋਵੇ ਉਹ ਮੇਰੇ ਨਾਲ ਰਾਬਤਾ ਕਰ ਲਵੇ ਤੇ ਸਾਡਾ ਤਿਆਰ ਹੋ ਗਿਆ ਤੇ ਅਸੀਂ ਵੀ ਹਾਜ਼ਰ ਆ ਇਨਸ਼ਾਅੱਲਾ ਜਿੰਨਾ ਹੋ ਸਕੇ ਅਸੀਂ ਵੀ ਉਹਨਾਂ ਬੰਦਿਆਂ ਨੂੰ 20 ਵੀ ਦੇ ਦਿਆਂਦੇ ਜਿਨ੍ਹਾਂ ਨੂੰ ਥੋੜਾ ਕਾਸ਼ਤ ਕਰਨਾ ਹੈ ਤੇ ਜਿਨ੍ਹਾਂ ਨੂੰ ਜ਼ਿਆਦਾ ਕਾਸ਼ਤ ਕਰਨਾ ਹੈ ਅਸੀਂ ਉਹਨਾਂ ਨੂੰ ਦੱਸਾਂਦੇ ਭਾਈ ਕਿੱਥੋਂ ਬੀਜ ਚੰਗਾ ਲੱਭਦਾ ਹੈ ਤੇ ਕਿਸ ਹਿਸਾਬ ਨਾਲ ਲੱਭਦਾ ਹੈ ਬੱਜਰਾ ਲੈਣਾ ਹੈ ਕਿ ਜਵਾਰ ਲੈਣੀ ਹੈ तो जुआर लैनी है बाजरा नहीं लैंना क्योंकि बाजरे बच्चे कंढ हों बाकी जनाब दार कड़े का टाइम है तो मैं चलियाँ डेरे ते वीडियो नहीं खत्म कर दें तो इन शाला अगों भी असी तकरीबन भी दयाड़िया बाद जिस दो महीनों का हो रहा ना जाइया का तो अभी इन शाला शेयर करते रवे वीडियो बना के बाकी लाभ यू हो गया हसते रहवो वसते रहो तो मुल्खन गल दसते रहवो वो पता नहीं किसी के कोई गाल ही कम आ जाए ਕੋਈ ਸੋਸ਼ਲ ਮੀਡੀਆ ਦਾ ਦੌਰ ਹੈ ਹਰ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਹੈ ਖਵਾ ਉਹਦੇ ਕੋਲ ਖਾਣੇ ਵਾਸਤੇ ਨਹੀਂ ਲੇਕਿਨ ਉਸ ਕੋ ਟੱਚ ਮੋਬਾਈਲ ਲਾਜ਼ਮੀ ਹੋਵੇਦਾ ਠੀਕ ਹੈ ਜੀ ਅੱਲਾ ਦੇ ਵਾਲੇ